देश भर में कोरोना वायरस की बीमारी लगातार बढ़ रही है, जिसनु देखदियां 31 मई तक देश में लॉकडाउन किया होया है। लेकिन उसके उल्ट गुरु हर साहिब के स्टेट बैंक के एक बैंक कर्मचारियों वालों बैंक के मेन गेट बंद करके बैंक में आ रहे खाता धारकों को परेशानी का सामना करना पै रहा है। इस मौके इन्हों का कहना है कि उन्होंने वालों बैंक में रोज़ ही अपने काम काज आना पैंदा है, लेकिन इस बैंक के कर्मचारियों वालों पिछले कई दिनों तो बैंक का गेट बंद किया होया है। उन्होंने अंदर जाने में काफ़ी परेशानी का सामना करना पैंदा है। इन्हां खाता धारकों ने बैंक अधिकारियों तो मांग की है कि बैंक के गेट नूं सही ढंग नाल खोलिया जाए ता कि वह अंदर आ जा सकन अते अपना बैंक का काम कर सकन। बैंक के बाहर खलोते जे लंबे लंबे लाइन लगी ने तो तुसी इस बारे की कहना चाहते हो, बैंक के बाद किवें आए जे? ਪੈਸਾ ਅਸੀਂ ਰੋਜ਼ ਦੇ ਆਉਣ ਵਾਲੇ ਹਾਂ, ਅਸੀਂ ਕਿੰਨੇ ਦਿਨ ਹੋ ਗਏ ਚੱਕਰ ਮਾਰਦੇ ਹਾਂ, ਬੈਂਕ ਦੇ ਅੰਦਰ ਨਹੀਂ ਵੜਿਆ ਜਾਂਦਾ, ਬਹੁਤ ਬੁਰੀ ਹਾਲਤ ਹੈ। ਕੈਸ਼ ਜਮ੍ਹਾਂ ਕਰਾਉਣਾ, ਮੰਨ ਲਓ ਰੂਟੀਨ 'ਚ ਡੇਲੀ ਜਿਹੜਾ ਬੰਦਾ ਕੈਸ਼ ਜਮ੍ਹਾਂ ਕਰਾਉਣਾ ਚਾਹੁੰਦਾ ਉਹ ਕੈਸ਼ ਨਹੀਂ ਕਰਾ ਸਕਦਾ, ਚੈੱਕ ਦੇਣਾ ਚੈੱਕ ਨਹੀਂ ਜਮ੍ਹਾਂ ਕਰਾ ਸਕਦਾ, ਅੰਦਰ ਕਿਵੇਂ ਵੜੀਏ ਦੱਸੋ ਹਿਸਾਬ ਲਾ। ਤਾਂ ਤੁਸੀਂ ਕੋਈ ਬੈਂਕ ਵਾਲੇ ਮੁਲਾਜ਼ਮਾਂ ਨੂੰ ਫੋਨ ਕਰਾਈ ਜਾਂ ਕਿਸੇ ਰਾਹੀਂ ਇਹਨਾਂ ਨੂੰ ਦੱਸਿਆ ਲਿਆ ਵੀ ਸਾਨੂੰ ਇੰਨਾ ਰਸ਼ ਹੈ, ਸਾਨੂੰ ਅੰਦਰ ਨਹੀਂ ਵੜਨ ਦੇ ਰਹੇ, ਕੀ ਪ੍ਰੋਬਲਮ ਹੈ? ਤੇ ਉਹ ਸੋਲਵ ਕਰੋ, ਕਹਿ ਦਿਓ ਜੀ ਅਸੀਂ ਰੋਜ਼ ਆਉਣ ਵਾਲੇ ਹਾਂ ਤੇ ਅੰਦਰ ਵੜ ਜਾਓ, ਗੇਟ ਵਾਲੇ ਤੱਕ ਪਹੁੰਚੀਏ ਕਿਵੇਂ? ਤੇ ਕੀ ਤੁਸੀਂ ਮੰਗ ਕਰਦੇ ਸਰਕਾਰ ਕੋਲ ਜਾਂ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ? ਥੋੜਾ ਜਿਹਾ ਸਿਸਟਮ ਬਣਾਓ ਇਹਦਾ। ਵੀਰ ਜੀ, ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਾਉਣ ਆਇਆ ਸੀ, ਮੈਂ ਰੂਟੀਨ ਦੇ ਵਿੱਚ ਡੇਲੀ ਆਉਣ ਵਾਲਾ ਬੰਦਾ ਹਾਂ, ਅਤੇ ਵੇਖੋ ਤੁਸੀਂ ਆਪ ਦੇਖ ਸਕਦੇ ਹੋ ਕਿੰਨੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਇੱਥੇ, ਅੰਦਰ ਗੇਟ ਤੱਕ ਪਹੁੰਚਣ ਨਹੀਂ ਦਿੰਦੇ, ਵੀ ਐਡੇ ਲੰਬੇ ਲੰਬੇ ਲਾਈਨਾਂ ਲੱਗੀਆਂ ਹੋਈਆਂ। ਤੁਸੀਂ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ? ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਜੀ ਵੀ ਇਹਨਾਂ ਦਾ ਕੋਈ ਹੱਲ ਕੱਢਿਆ ਜਾਵੇ, ਵੀ ਇੰਨੀਆਂ ਲੰਬੀਆਂ ਲੰਬੀਆਂ ਅਸੀਂ ਡੇਲੀ ਆਉਣ ਵਾਲੇ ਬੰਦੇ ਹਾਂ, ਨਾ ਹੀ ਚੈੱਕ ਜਮ੍ਹਾਂ ਹੁੰਦੇ, ਨਾ ਹੀ ਕੈਸ਼ ਜਮ੍ਹਾਂ ਹੁੰਦਾ ਜੀ, ਠੀਕ ਹੈ ਜੀ, ਨਾ ਹੀ ਬੈਂਕ ਦਾ ਬੈਂਕ ਦੇ ਮੁਲਾਜ਼ਮ ਇਸ ਬਾਰੇ ਧਿਆਨ ਦੇ ਰਹੇ, ਨਾ ਹੀ ਪ੍ਰਸ਼ਾਸਨ ਦਾ ਕੋਈ ਧਿਆਨ ਹੈਗਾ ਜੀ। ਪ੍ਰਸ਼ਾਸਨ ਕੀ ਮੰਗ ਕਰਦੇ? ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਜੀ ਜਿਹੜਾ ਇਹਨਾਂ ਦਾ ਕੋਈ ਹੱਲ ਕੱਢਿਆ ਜਾਵੇ ਜੀ। ਕੋਈ ਜਿਵੇਂ ਗਰਮੀ ਪੈ ਰਹੀ ਹੈ ਜਾਂ ਕੋਈ ਭਿਅੰਕਰ ਬਿਮਾਰੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ? ਭਿਅੰਕਰ ਬਿਮਾਰੀ ਸਰ, ਬਿਮਾਰੀ ਇੱਦਾਂ ਹੀ ਫੈਲਦੀ ਹੈ, ਵੇਖੋ ਕਿਵੇਂ ਲੋਕ ਇੱਕ ਦੂਜੇ ਦੇ ਉੱਪਰ ਚੜੇ ਹੋਏ ਨੇ ਜੀ, ਠੀਕ ਹੈ ਜੀ, ਜੇ ਇਹਨਾਂ ਦਾ ਇਹਨਾਂ ਨੂੰ ਸਹੀ ਤਰੀਕੇ ਨਾਲ ਕੀਤਾ ਜਾਵੇ ਤਾਂ ਬਿਮਾਰੀ ਨਹੀਂ ਫੈਲਦੀ। देश दुनिया ते कोरोना महामारी का असर, इस जरूरी है कि तुहानू मिले सही जानकारी अते पता होवे सच्ची खबर। अजीत वेब टीवी दे सैकड़े पत्रकारां दी है हर पल हर जगह ते हर स्थिति ते पैनी नजर, पिंड कस्बा शहर होवे या देश विदेश, असी जुड़े हां तुहाडे नाल अखबारां ते सोशल मीडिया राही। कलम दी ताकत ते वेब टीवी दे माध्यम दे नाल हर जन तक पहुंचावांगे हर मन दी आवाज, हर आमो खास ते हकूमत नूं भी करांगे सवाल जवाब, आप नहीं तां पहुंचेगी साडी वीडियो कॉल। अफवाहां तों बचो अते सच्चियां ते सही खबरां दे लई जुड़े रहो अजीत वेब टीवी दे नाल।